अस्सलामुअलैकुम प्यारे दोस्तों, आज हम खड़े हैं साहिवाल किनार पार्क में और हमारे साथ ये नौजवान लड़के खड़े हैं जो बड़े अच्छे जुगतबाज हैं। तो आज ये आपको सुनाएंगे जुगते और देखिए इनके रंगारंग तमाश। यार वड्डे भाई दा मुंह ते वेख जावे कुत्ती हैंगर च टंगी हुंदी आ मारे आ भाई दा मुंह ते वेख जिहनूं कुत्ती स्टैंड ते लगी होवे। आ भाई 11 बजे नूं फोन करके कहंदा मैनूं लभ लो। हुण चलदा चलदा खंभे दे वाजदा खंभे नूं कहंदा ओए अपने आंदे नाल लड़। अच्छा ना इन्हां दा एड्डा निक्का घर, एड्डा निक्का घर, परसों एक गवांडी ने किल मारिया ते आई रब्बे दी वक्की च लगा। इन्हां दा वी एड्डा छोटा घर आ बेचारियां दा, उत्तों मक्खी टप्पी ते कहंदे हेलीकॉप्टर हेलीकॉप्टर। सुबह सुबह गटर ते बैठा मैं मेरे कमीज कोई पानी पा गया सड़े कंजर वर्गा मुंह हुंदा। आहो तेरा भी सेम गठे वर गया ਜਿਵੇਂ ਬੁਸੀ ਬੰਦ ਗੋਭੀ ਹੁੰਦੀ। ਚੱਲਦਾ ਚੱਲਦਾ ਗੋਬਰ ਪਿਆ ਉਹਨੂੰ ਚੱਕ ਹੁੰਦੇ ਚ ਪੈਰ ਨਹੀਂ ਲੈ ਕੇ ਚੜ ਕੇ ਕਹਿੰਦਾ ਸ਼ੁਕਰ ਸਾਗ ਦੇ ਪੈਰ ਨਹੀਂ ਰੱਖਿਆ ਗਿਆ। ਜਲੇਬੀ ਵਾਲੀ ਦੁਕਾਨ ਤੇ ਜਾ ਕੇ ਕਹਿੰਦਾ ਭਾਈ ਨੇ ਉੱਥੇ ਜਾ ਕੇ ਨਾ ਭੁੱਲ ਗਿਆ ਕਹਿੰਦਾ ਐ ਕਰਨ ਵਾਲੀਆਂ ਦੇ ਦੇ। ਵਾਸ਼ਰੂਮ ਜਾਂਦਾ ਉੱਤੇ ਲਿਖਿਆ ਹੁੰਦਾ ਪਾਣੀ ਘੱਟ ਇਸਤੇਮਾਲ ਕਰੋ, 35 ਲੋਟੇ ਪਾਣੀ ਦੇ ਪੀ ਜਾਂਦਾ। ਐ ਨਾ ਮੈਂ ਉਹਨੂੰ ਪੁੱਛਿਆ ਕਿੰਨੇ ਭਰਾ ਹੋ, ਕਹਿੰਦੇ ਆ 5 ਭਰਾ। ਮੈਂ ਆਖਿਆ ਬਾਕੀ ਕੀ ਕਰਦੇ, ਬਾਕੀ ਕੰਮ ਲੱਗੇ। ਮੈਂ ਆਖਿਆ ਇੱਕ ਕੀ ਕਰਦਾ, ਕਹਿੰਦੇ ਆ ਕੌਡੂ। ਮੈਂ ਆਖਿਆ ਉਹ ਕੀ ਕਰਦਾ, ਆਂਦਾ ਔਰ ਤੇ ਅਸੀਂ ਸਾਰਾ ਟੱਬਰ ਰੱਖ ਕੇ ਟੀਵੀ ਵੇਨੇ ਆ। ਅਦਰ ਕਬਰਸਤਾਨ ਨਾ ਕਬਰਸਤਾਨ ਸ਼ਰਾਬ ਪੀਂਦਾ ਫੜਿਆ ਜਾਂਦਾ। ਮੈਂ ਕਿਹਾ ਪੁਲਿਸ ਵਾਲਾ ਕਹਿੰਦਾ ਪੁੱਤਰ ਤੇਰੀ 7:30 ਵਜੇ ਜਮਾਨਤ ਨਹੀਂ, ਕਹਿੰਦਾ ਹੱਥ ਸੁੱਟ ਮੈਂ ਉੱਠਦਾ 10 ਵਜੇ ਆ। ਯਾਰ ਦਾ ਮੂੰਹ ਤੇ ਵੇ ਜਿਵੇਂ ਖੁੱਸੇ ਚ ਲੀਮ ਪਾਈ ਹੁੰਦੀ, ਇਹਦਾ ਮੂੰਹ ਇਹ ਜੇ ਬਿੱਲੀ ਅਦਰਕ ਖਾ ਕੇ ਟੁਰੀ ਹੁੰਦੀ। ਦੱਸ ਯਾਰ ਦਾ ਮੂੰਹ ਤੇ ਵੇ ਜਿਵੇਂ ਖੁੱਸੇ ਚ ਦਹੀਂ ਪੱਲੇ ਲਾਏ ਹੁੰਦੇ। ਅਦਰ ਯਾਰ ਦਾ ਮੂੰਹ ਤੇ ਵੇ ਜਿਹਨੂੰ ਸੱਪ ਦੀ ਗੱਠ ਕੀਤੀ ਹੁੰਦੀ, ਇਹਦਾ ਮੂੰਹ ਇਹ ਕੁੱਤਿਆਂ ਪਰਾਲੀ ਖਿਲਾਰੀ ਹੁੰਦੀ। ਐ ਜਿਵੇਂ ਕਬਰ ਤੇ ਲੋਟਾ ਮੁੰਦਾ ਮਾਰਿਆ, ਕਬਰ ਨਵਾਂ ਨਵਾਂ ਵਨ ਟੂ ਫਾਈਵ ਲੈ ਕਬਰਸਤਾਨ ਵਾੜ ਲੈਂਦਾ, ਕਹਿੰਦਾ ਯਾਰ ਲਾ ਕਿਹੜਾ ਬਾਈਪਾਸ ਹੈ ਜਿੱਥੇ ਜੰਪ ਹੀ ਜੰਪ ਆ ਰਹੇ ਆ। ਅਰੇ ਨਵਾਂ 125 ਲਿਆ ਤੇ ਕਬਰਸਤਾਨ ਟੁਰ ਗਿਆ। ਮੈਂ ਕਿਹਾ ਕੀ ਕਰ ਲੈਂਦਾ, ਆਂਦਾ ਰੇ ਸ਼ਾਹ ਚੈੱਕ ਕਰ ਲੈਂਦਾ ਤਾਂ। ਤੇ ਯਾਰ ਵੀ ਕਬਰਸਤਾਨ ਬਰਫੀ ਵੰਡਣ ਡਿਆ, ਸਾਰੀਆਂ ਕਬਰਾਂ ਤੇ ਰੱਖਤਾ, ਇੱਕ ਇੱਕ ਲੱਡੂ ਦੂਜੀ ਤੇ ਨਹੀਂ ਰੱਖਿਆ। ਮੈਂ ਕਿਹਾ ਇਹਦੇ ਤੇ ਕਿਉਂ ਨਹੀਂ ਰੱਖ ਰਿਹਾ, ਕਹਿੰਦਾ ਇਹਨੂੰ ਸ਼ੂਗਰ ਆ। ਬ੍ਰੈਂਡ ਬ੍ਰੈਂਡ ਇਹਨੂੰ ਦੇ ਭਾਈ ਭਾਈ ਨੂੰ। ਅੱਛਾ ਉਹਨਾਂ ਬੜੇ ਵਕਤਾਂ ਨਾਲ ਇੱਕ ਘਰ ਫੋਤ ਕੀ ਹੋਈ, ਤਾਂ ਬੜੇ ਵਕਤਾਂ ਨਾਲ ਕਬਰ ਕੱਢ ਕੇ ਟੁਰ ਗਏ, ਪਾਣੀ ਸਾੜ ਕੇ ਵੇ ਖੁੰਡੀ ਲਾ ਕੇ ਬੈਠੇ। ਤੇ ਐ ਵੀ ਭੁਆਣ ਉਹਨਾਂ ਦੀ ਜਾੜ ਟੁੱਟ ਗਈ ਤੇ ਜਾੜ ਕਢਾਣ ਗਿਆ ਤੇ ਡਾਕਟਰ ਨੂੰ ਜਾ ਕੇ ਕਹਿੰਦਾ ਜਾੜ ਕਢਾਣੀ ਕਿੰਨੇ ਪੈਸੇ, ਕਹਿੰਦਾ 50 ਰੁਪਏ, ਕਹਿੰਦਾ ਢਿੱਲੀ ਕਰ ਦੀ 25 ਰੁਪਏ। ਜੁਮਾ ਪੜਨ ਜਾਂਦਾ ਮੌਲਵੀ ਕਹਿੰਦਾ ਅਸਲਾਮ ਵਾਲੇਕੁਮ ਵ ਰਹਿਮਤੁਲਾ, ਕਹਿੰਦਾ ਵਾਲੇਕੁਮ ਸਲਾਮ ਹੈ ਚੱਲਾ। ਇਹ ਗਿਆ ਉੱਥੇ ਜੁਮਾ ਪੜਨ ਤੇ ਮੌਲਵੀ ਕਹਿੰਦਾ ਕੰਜਰਾਂ ਦਾ ਆਣਾ ਬਣਾ, ਇਹ ਆਂਦਾ ਇੱਕ ਅੱਧਾ ਜਾਣ ਦੇ ਬਾਕੀ ਦੇ ਖੈਰ ਹੀ ਹੈ। ਤੇ ਯਾਰ ਵੀ ਜੁਮਾ ਪੜਾਣ ਗਿਆ ਭਾਈ ਮਾਝੇ ਚ, ਜੁਮਾ ਪੜਾ ਰਿਹਾ ਬਾਬਾ ਉਹਨੂੰ ਜਾ ਕੇ ਕਹਿੰਦਾ, ਕਹਿੰਦਾ ਕਿੱਥੇ ਜੁਮਾ ਪੜਾਣਾ, ਕਹਿੰਦਾ ਉੱਤੇ, ਕਹਿੰਦਾ ਥੱਲੇ ਗੇਮਾਂ ਰੱਖ ਲੈ। ਇੰਨੀ ਸਪੀਡ ਤੇ ਵੱਜ ਜਾਂਦੀ ਇਹਨੂੰ ਰੋਕ ਕੇ, ਕਹਿੰਦਾ ਭਾਈ ਨੀ ਸੀਟਾਂ, ਕਹਿੰਦਾ ਸਾਰੀਆਂ ਦਰੀਆਂ ਵਿਛਾਈਆਂ। ਨਵਾਜ਼ ਸ਼ਰੀਫ ਨੇ ਪਲਾਨ ਨਹੀਂ ਕੱਢੇ ਰੋਟੀ ਲਾਉਣ ਵਾਲੇ, ਉਹਨਾਂ ਨੂੰ ਕਹਿੰਦਾ ਬੰਦ ਕਰਕੇ ਚਲੋ ਮੈਨੂੰ ਝੂਲੇ ਦੇਵੋ। ਆਈ ਭਾਈ ਪਾਨ ਲਾਉਣ ਗਿਆ, ਪਾਨ ਲਾਉਣ ਗਿਆ ਭਾਈ, ਤੇ ਭਾਈ ਨੂੰ ਪੁੱਛਦਾ, ਕਹਿੰਦਾ ਭਾਈ ਇਹਨੂੰ ਪੁੱਛਦਾ ਪੱਤੀ ਕਿਹੜੀ ਲਾਣੀ, ਕਹਿੰਦਾ ਦੀਪਾਲ ਦਾਨੇ ਦਾ। ਅਦਰ ਕਰਿਆਨੇ ਦੀ ਦੁਕਾਨ ਜਾਂਦਾ, ਉੱਤੇ ਉੱਤੇ ਲਿਖਿਆ ਹੁੰਦਾ 100 ਰੁਪਏ ਵਾਲੇ ਨੋਟ ਈਦ ਮੁਬਾਰਕ, ਜੇ ਚ ਪਾ ਕਹਿੰਦਾ ਖੈਰ ਮੋ। ਇਹਨਾਂ ਭਾਜੀ ਕੁੱਤਾ ਆਂਦਾ ਉਹਨੂੰ ਲਾਈਟਾਂ ਲੂਟਾਂ ਲਾ ਕੇ, ਬੜੀ ਅੱਗੇ ਹੈਡਲਾਈਟ ਲਾ ਕੇ, ਪਿੱਛੇ ਸਜਾ ਕੇ ਤੇ ਗਲੀ ਚ ਟੋਰਨ ਪਏ। ਲੋਕੀ ਆਂਦੇ ਨੇ ਇਹ ਕੀ, ਤੁਹਾਨੂੰ ਪਤਾ ਸੱਲਾ ਦਾ 125 ਲਿਆ ਆਵੇ, ਮੱਝ ਨੂੰ ਜੱਫੀ ਪਾ ਕਹਿੰਦਾ ਸਮਾ ਤੂੰ ਨਹੀਂ ਆਉਂਦਾ। ਬਾਅਦ ਚ ਸੰਗਾ ਲੈ ਗਿਆ ਤੇ ਭਾਈ ਨੂੰ ਕਹਿੰਦਾ ਮੇਰੀ ਮਦਦ ਕਰੋ ਮੈਂ ਮੱਝ ਲੈਣੀ। ਇਹਨਾਂ ਦੀ ਕੋਈ ਰਿਸ਼ਤੇਦਾਰ ਵੀ ਟਿੰਡ ਕਰਤੀ। ਮੈਂ ਆਖਿਆ ਉਹ ਕੀ, ਆਂਦਾ ਤੈਨੂੰ ਨਹੀਂ ਪਤਾ ਬਿਜਲੀ ਸਟਾਈਲ। ਐ ਵੀ ਦਰਜੀ ਕੋ ਸੂਟ ਸਵਾਣ ਗਿਆ ਭਾਈ, ਦਰਜੀ ਨੇ ਇਹਦੀਆਂ ਜੇਬਾਂ ਨਹੀਂ ਲਾਈਆਂ, ਉਹਨੂੰ ਜਾ ਕੇ ਕਹਿੰਦਾ ਦੀ ਜੇਬਾਂ ਕਾਹਤੋਂ ਨਹੀਂ ਲਾਈਆਂ, ਕਹਿੰਦਾ ਮੇਰੇ, ਕਹਿੰਦਾ ਤੇਰੇ ਕੋਲ ਕਿਹੜਾ ਪੈਸੇ ਹੁੰਦੇ। ਆਰਮੀ 'ਚ ਭਰਤੀ ਹੋ ਗਿਆ ਨਾ ਕੁੱਬ ਸੀ, ਠੀਕ ਹੈ, ਸਾਰੇ ਫੌਜੀ ਮਾਰ ਗਏ ਇਹਨੂੰ, ਬੰਦਾ ਆਂਦਾ ਤੇਰੇ ਤੋਂ ਤੈਨੂੰ ਕਿਉਂ ਨਹੀਂ ਗੋਲ ਲੱਗੀ, ਕਹਿੰਦਾ ਮੈਂ ਕੋਬੀ ਸਾਂ ਤਾਂ ਮੈਂ ਐਂ ਤੱਕ ਗੋਲ ਨਹੀਂ ਖਾਂਦਾ। ਵਾਸ਼ਰੂਮ ਦੇ ਵਿੱਚ ਪਿਸਟਲ ਲੈ ਕੇ ਜਾਂਦਾ, ਮੈਂ ਕਿਹਾ ਕੀ ਹੋਇਆ, ਕਹਿੰਦਾ ਲੈਂਡੇ ਕਿਸ ਟਾਈਮ ਵੀ ਹਮਲਾ ਕਰ ਸਕਦੇ ਆ। ਤੇ ਯਾਰ ਵੀ ਵੀਵੋ ਦਾ Y20 ਮੋਬਾਈਲ ਲੈ ਗਿਆ ਵਾਸ਼ਰੂਮ 'ਚ, ਕਹਿੰਦਾ ਮੈਂ ਕਿਹਾ ਪੁੱਛਿਆ ਕੀ ਕਰ ਰਿਹਾ, ਕਹਿੰਦਾ ਨਵੀਆਂ ਟੂਨਾ ਭਰਨ ਆਇਆ।
गंदे नाले को बह के रोई जावे रोई जावे। और मैं क्या इतने बह के क्यों रोंदा? आंदा इंज दी बो मेरे भरा को भी आंदी सी यार दा मुंह ते जिवें पहुंचे धागा बाहर आया हुंदा एदा मुंह वेख जिवें खुस्से चो पैर बाहर आया हुंदा यार दा मुंह ते जिवें जराब चो उंगल बाहर आई हुंदी एदा मुंह वेख जे पुठी कौणी हुंदी आ 15-20 हज़ार दी शॉपिंग कर लो ना ते एहो जिहा बालू नाल फ्री दिंदे कमाई कमाई इन्हों की दुकान से आ गई जुत्तियां वाली दुकान इन्हें पाई माई कहती पुत्र किन्ने कु जोड़े आ कहता 150 है कहती चल बंदर के डॉक्टर को बाहर कढ़ के डॉक्टर को गया तो डॉक्टर ने आख्या ओए तेरी जी ना ईसीजी होनी है ओए मेरी सीएनजी फोन कर दे डॉक्टर को गया डॉक्टर कहता मैंने भुख नहीं लगती कहता पोत अद्धी रोटी मिल रही है अन्ना के घर अन्ना के घर आती चोर आए तो ना कुछ ना मिले तो लाल पंप लेके तुर गए दब के मार दे बगैर तो सर्दी बड़ी लग रही है डॉक्टर दो रजाइयां लिख देंदा।